ਬੜੀ ਬਾਬੇ ਦੀ ਕਿਰਪਾ ਇਹਨਾਂ ਦੇ ਬੱਚਿਆਂ ਦੇ, ਚਲੋ ਪਰਮਾਤਮਾ ਜੋ ਹੋਣੀ ਹੋਣੀ ਖਿੱਚ ਕੇ ਲਈ ਜਾਣ ਡੀ ਇਹਨਾਂ ਨੂੰ। ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਜੀ ਪਰਿਵਾਰ ਦੀ, ਸਰਕਾਰ ਨੂੰ ਕੀ ਅਪੀਲ ਕਰਦੇ? ਸਰਕਾਰ ਨੂੰ ਅਪੀਲ ਕਰਦੇ ਹਾਂ ਜੀ, ਵੱਧ ਤੋਂ ਵੱਧ ਇਹਨਾਂ ਬੱਚਿਆਂ ਨੇ, ਗਰੀਬ ਪਰਿਵਾਰ ਦੇ ਬੱਚੇ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਕਰੇ। ਅਤੇ ਇੱਕ ਨੌਜਵਾਨ ਜਿਹੜਾ ਇਸ ਟਾਈਮ ਮਿਡ ਕਾਰਡ ਹੋਸਪਿਟਲ ਰਾਤ ਦਾਖਲ ਕਰਾਇਆ ਜੀ ਉਹਨੂੰ, ਹਾਂਜੀ ਅਸੀਂ ਰਾਤ ਵੀ ਗਏ ਅਤੇ ਹੁਣ ਵੀ ਆ ਬੈਠੇ ਨਾਲ ਸਰਪੰਚ ਹੋਣੀ ਸਰਦਾਰ ਚਰਨਜੀਤ ਹੋਣੀ, ਹਾਂਜੀ ਅਸੀਂ ਤੈਅ ਤਿਆਰੀ ਕਰਨ ਨੂੰ ਜਾਣਦੇ ਹਾਂ। ਉਹਦੇ ਇਲਾਜ ਲਈ, ਉਹਦੀ ਮਦਦ ਲਈ ਕੀ ਉਪਰਾਲਾ ਕੀਤਾ ਜਾ ਰਿਹਾ ਪਿੰਡ ਵੱਲੋਂ? ਪਿੰਡ ਵੱਲੋਂ ਤੁਸੀਂ ਬੜਾ ਵੱਧ ਚੜ੍ਹ ਕੇ ਕਰਾਂਗੇ ਜਿੰਨੇ ਜੋ ਕਿ ਹੋਣਗੇ, ਵੱਧ ਤੋਂ ਵੱਧ ਕਰਾਂਗੇ। ਬਾਕੀ ਸਰਕਾਰ ਨੂੰ ਵੀ ਅਪੀਲ ਕਰਾਂਗੇ, ਸਰਕਾਰ ਨੂੰ ਅਪੀਲ ਕਰਾਂਗੇ ਜਿੰਨੀ ਵੱਧ ਤੋਂ ਵੱਧ ਹੋ ਸਕੇ ਮਦਦ। ਠੀਕ ਹੈ, ਜਿੱਦਾਂ ਸਰਪੰਚ ਸਾਹਿਬ ਕਈਆਂ ਦੇ ਪੀਲੇ ਕਾਰਡ ਅੱਜ ਤੱਕ ਉਹ ਆਪਣੇ ਜਿਹੜੇ ਕਾਰਡ ਜਿਹੜੇ 5 ਲੱਖ ਵਾਲੇ ਆ ਅਜੇ ਵੀ ਨਹੀਂ ਕੰਪਲੀਟ ਬਣੇ ਹੋਏ, ਉਸ ਸੰਬੰਧ ਵਿੱਚ ਕੁਛ ਬੇਨਤੀ? ਇਹ ਸਿਆਸੀ ਗੱਲ ਹੈ, ਮੈਂ ਅੱਜ ਨਾ ਹੀ ਗੱਲ ਕਰਾਂ ਤਾਂ ਚੰਗੀ ਗੱਲ ਹੈ ਜੀ, ਫਿਰ ਇਹ ਗੱਲ ਫਿਰ ਕਿਸੇ ਨੇ ਕਰ ਲਾਂਗੇ, ਹਾਲਤ ਮਾੜੀ ਹੈ। ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕੁਛ ਕਹਿਣਾ ਚਾਹੁੰਦੇ? ਸਮਾਜ ਸੇਵੀ ਸੰਸਥਾਵਾਂ ਨੂੰ ਕਹਿੰਦਾ ਕਿ ਅੱਗੇ ਆਉਣ, ਆ ਕੇ ਬੱਚਿਆਂ ਦੀ ਮਦਦ ਕਰਨ ਜਿੰਨੀ ਹੋ ਸਕਦੀ, ਪਰਿਵਾਰਾਂ ਦੀ ਮਦਦ ਕਰਨ, ਜਾਂ ਜਿਹੜਾ ਬੱਚਾ ਉੱਥੇ ਸਾਡੇ ਹੋਸਪਿਟਲ ਪਿਆ ਵਾ ਉਹਦੀ ਮਦਦ ਕਰਨ। ਠੀਕ ਹੈ, ਧੰਨਵਾਦ ਜੀ। ਹਾਂਜੀ ਭਾਈ ਸਰਪੰਚ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਘਟਨਾ ਵਾਪਰੀ ਆ? ਦੇਖਣ ਵਾਲੀ ਜਿਹਨੂੰ ਗੱਲ ਹੀ ਨਹੀਂ ਕੋਈ, ਸਾਡੇ ਕੋਲ ਲਫ਼ਜ਼ ਹੀ ਨਹੀਂ ਹੋ ਗਏ ਜੋ ਕੁਝ ਹੋ ਗਿਆ ਕਹਿ ਸਕਦੇ ਹਾਂ, ਕਰ ਸਕਦੇ ਹਾਂ, ਸਾਡੇ ਕੋਲ ਤਾਂ ਲਫ਼ਜ਼ ਹੀ ਨਹੀਂ ਹੈਗੇ ਜੋ ਜਿੰਨਾ ਕੁਝ ਅੱਜ ਹੋ ਗਿਆ। ਕਿੰਨੀ ਕਿੰਨੀ ਉਮਰ ਦੇ ਨੌਜਵਾਨ ਸੀ ਕੋਈ? 20-22 ਸਾਲ। ਜਿਸ ਤਰ੍ਹਾਂ ਮਾਪਿਆਂ ਦਾ ਲੱਕ ਟੁੱਟ ਗਿਆ ਇਸ ਟਾਈਮ, ਅਤੇ ਕੀ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਇਹਨਾਂ ਪਰਿਵਾਰਾਂ ਦੀ? ਮਦਦ ਦੇਖੋ ਜੀ, ਕੀ ਕਰ ਸਕਦੇ ਹਾਂ ਜਦੋਂ ਜਵਾਨ ਚੱਲ ਗਏ, ਹੈ ਨਾ, ਉਹ ਨਹੀਂ ਕਰ ਸਕਦੇ ਜੋ ਦੂਜੀ ਮਦਦ ਆਪਾਂ, ਚਲੋ ਭੈਣ ਭਰਾ ਸਾਰੇ ਆ, ਅਸੀਂ ਵੀ ਪਿੰਡ ਵਾਲੇ ਵੀ ਆ ਸਾਰੇ, ਮਦਦ ਤੁਹਾਨੂੰ ਪਤਾ ਹੀ ਆ ਕੀ ਕਰਾਂਗੇ ਇਹਨਾਂ ਦੀ, ਜੋ ਕੁਛ ਹੋਇਆ ਸਭ ਕਰਾਂਗੇ। ਠੀਕ ਹੈ, ਪਰ ਉਹ ਜੋ ਕੁਝ ਹੋ ਗਿਆ ਉਹ ਅਸੀਂ ਉਹ ਨਹੀਂ ਵਾਪਸ ਆ ਸਕਦੇ, ਵਾਪਸ ਕਰ ਮੌਕੇ ਤੇ ਪਹੁੰਚ ਗਏ ਹਾਂ, ਬਹੁਤ ਮੰਦੀ ਹੈ ਉਹ ਭਾਜੀ, ਇੱਥੋਂ ਗਰਦਨ ਕੱਟੀ ਆਪ ਜਮ੍ਹਾਂ ਕਰਵਾ ਕੇ ਆਏ, ਐਨ ਮੌਕੇ ਤੇ ਪਹੁੰਚ ਗਏ ਸੀ। ਜਿਸ ਤਰ੍ਹਾਂ ਮੰਨ ਲਓ ਕੋਈ ਡੋਰਾਂ ਨੂੰ ਗੁੰਝਲਾਂ ਪਈਆਂ ਹੁੰਦੀਆਂ ਨਾ, ਉਸ ਤਰ੍ਹਾਂ ਕੱਢਿਆ ਉਹਨਾਂ ਨੂੰ ਜਾ ਕੇ ਉੱਥੋਂ, ਜਿਨ੍ਹਾਂ ਨੂੰ ਦੱਸਣ ਮਤਲਬ ਤੁਸੀਂ ਮੌਜੂਦ ਸੀ ਉਸ ਟਾਈਮ? ਉਸ ਟਾਈਮ ਮੈਂ ਹੋਸਪਿਟਲ ਆ ਗਿਆ ਸਿੱਧਾ ਹੀ, ਜਦੋਂ ਲੈ ਕੇ ਆਏ ਆ, ਹਾਲਤ ਦੇਖੀ ਨਹੀਂ ਜਾਂਦੀ ਕਿਸੇ ਦੀ, ਤਾਂ ਹੁਣ ਇੱਥੋਂ ਕੱਟੀ ਸੀ, ਕਿਸੇ ਦਾ ਚਬਾੜਾ ਸਾਰਾ ਬਾਹਰ ਆ ਰਿਹਾ ਸੀ, ਅਤੇ ਬਹੁਤ ਬੰਦੀ ਹਾਲਤ ਸੀ ਜਦੋਂ ਇਹਨਾਂ ਨੂੰ ਕਰਾਇਆ, ਸਾਰੀ ਰਾਤ ਨੀਂਦ ਨਹੀਂ ਆਈ, ਮਤਲਬ ਕਿ ਸਾਰਾ ਪਿੰਡ ਹੀ ਨਹੀਂ ਸੁੱਤਾ, ਪਿੰਡ ਹੀ ਸੁੱਤਾ ਨਹੀਂ, ਸਾਰਾ ਪਿੰਡ ਹੀ, ਜੋ ਹਾਲਤ ਸੀ, ਹਾਲਤ ਬਹੁਤ ਜ਼ਿਆਦਾ। ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ ਕੋਈ ਆਪਣੇ ਵੱਲੋਂ ਅਪੀਲ ਕੋਈ? ਅਸੀਂ ਇਹੋ ਅਪੀਲ ਕਰਦੇ ਕਿ ਵੱਧ ਤੋਂ ਵੱਧ ਮਦਦ ਕਰਨ, ਜੋ ਪਰਿਵਾਰ ਦੀ ਮਦਦ ਕਰਵਾ ਰਿਹਾ, ਬੱਚੇ ਵੀ ਬਹੁਤ ਹੋਣਹਾਰ ਬੱਚੇ ਸੀ, ਇਹ ਨਹੀਂ ਸੀ ਕਿ ਬੱਚੇ ਕੋਈ ਮਾਪਿਆਂ ਦੇ ਕਹਿਣੇ ਤੋਂ ਬਾਹਰ ਸੀ, ਹਰ ਗੱਲ ਮਾਪਿਆਂ ਦੀ ਆਗਿਆ ਦੇ ਨਾਲ ਕਰਦੇ ਸੀ, ਆਪਣਾ ਕੰਮ ਚਲਾਉਂਦੇ ਸੀ, ਇਹ ਤਾਂ ਕੁਦਰਤ ਦਾ ਭਾਣਾ ਸੀ, ਅਚਾਨਕ ਹੋ ਗਿਆ ਵਾ ਕੁਛ ਵੀ ਆਪਾਂ ਕਹਿ ਸਕਦੇ ਹਾਂ। ਅੱਜ ਵੱਡੀ ਫਲੈਟ ਵੀ ਸੀ, ਹਾਂਜੀ, ਉਹਨੇ ਮੁੰਡੇ ਨੇ ਇੱਕ ਨੇ ਜਾਣਾ ਸੀਗਾ, ਉਹ ਸ਼ਾਇਦ ਮੈਨੂੰ ਜਾਮਨਗਰ ਨਹੀਂ ਪਤਾ, ਪਰ ਉਹਨਾਂ ਮੱਥਾ ਟੇਕਣ ਗਏ ਸੀ, ਅੱਜ ਜਾਮਨਗਰ ਜਾਣਾ ਸੀ, ਫਲਾਈਟ ਵੀ ਸੀ ਉਹ ਸਰਦਾਰ ਮੁੰਡਾ ਜੀ ਸੁਖਦੇਵ ਸਿੰਘ, ਅਤੇ ਉਹਦੀ ਅੱਜ ਫਲਾਈਟ ਸੀ, ਬਹੁਤ ਹੋਣਹਾਰ ਬੱਚਾ ਸੀ, ਸਾਰੇ ਬੱਚੇ ਹੋਣਹਾਰ ਸੀ ਜੀ, ਬਹੁਤ ਹੀ ਜ਼ਿਆਦਾ ਬੀਬੀ ਸੀ, ਕੁਛ ਕਹਿ ਨਹੀਂ ਸਕਦੇ, ਲਫ਼ਜ਼ ਹੈ ਨਹੀਂ ਸਕਦੇ। ਛੋਟੀ ਉਮਰ ਦੇ ਵਿੱਚ ਜਦੋਂ ਕਿਸੇ ਨੇ ਆਵਾਜ਼ ਦਿੱਤੀ, ਇੱਕ ਪਿੰਡ ਨੀ, ਮੈਨੂੰ ਲੱਗਦਾ ਸਾਡੇ 5 ਪਿੰਡ ਇੱਥੇ ਇਕੱਠੇ ਹੋ ਗਏ ਹੋਏ ਹੋਣੇ ਆ, ਹਰ ਕਿਸੇ ਦਾ ਸਟੇਟਸ ਵੇਖ ਲਓ, ਇਹਨਾਂ ਬੱਚਿਆਂ ਦਾ ਹੀ ਲੱਗਾ, ਉਹਨਾਂ ਨੂੰ ਦਿਲੋਂ ਪਿਆਰ ਹੀ ਤਾਂ ਲੱਗਾ। ਠੀਕ ਹੈ, ਧੰਨਵਾਦ ਜੀ।